ਹੈਲੋ ਸਾਰਿਆਂ ਨੂੰ ਜੈਮ ਸੀ ਕੀ ਮੈਂ ਪਾਸਟਰ ਮਨਜੀਤ ਤੁਹਾਡੇ ਲਈ ਸਟੋਰੀ ਲੈ ਕੇ ਆਈ ਹਾਂ। ਸਟੋਰੀ ਇਸ ਤਰ੍ਹਾਂ ਹੈ, ਰੋਸ਼ਨੀ ਚਾਨਣ ਪਰਮੇਸ਼ੁਰ ਜਗਤ ਦਾ ਚਾਨਣ ਆ। ਯਿਸੂ ਮਸੀਹ ਨੇ ਕਿਹਾ ਮੈਂ ਰੋਸ਼ਨੀ ਹਾਂ, ਜਿਹੜਾ ਮੇਰੇ ਕੋਲ ਆਉਂਦਾ ਆ ਉਹ ਨੂਰ ਵਿੱਚ ਚਮਕੇਗਾ। ਆਈਏ ਸਟੋਰੀ ਵੱਲ ਚੱਲਦੇ ਹਾਂ। ਸਟੋਰੀ ਇਸ ਤਰ੍ਹਾਂ ਆ, ਇੱਕ ਬਾਪ ਆ, ਉਹਦੇ ਤਿੰਨ ਪੁੱਤਰ ਆ। ਬਾਪ ਜੋ ਹੈ ਬਹੁਤ ਹੀ ਅਮੀਰ ਆ, ਉਸਦਾ ਕਾਰੋਬਾਰ ਬਹੁਤ ਜ਼ਿਆਦਾ ਆ, ਪਰ ਬਾਪ ਨੂੰ ਫਿਕਰ ਆ ਕਿ ਮੇਰੇ ਬੱਚੇ ਜੋ ਹੈ, ਜੋ ਕੌਣ ਮੇਰੇ ਬੱਚੇ ਕਿਹੜਾ ਆ ਜਿਹੜਾ ਮੇਰੇ ਬਿਜ਼ਨਸ ਦੀ ਟੇਕ ਕੇਅਰ ਕਰੇਗਾ, ਕਿਹੜਾ ਆ ਜਿਹੜਾ ਮੇਰੇ ਬਿਜ਼ਨਸ ਨੂੰ ਚੰਗੀ ਤਰ੍ਹਾਂ ਹੈਂਡਲ ਕਰੇਗਾ। ਸੋ ਪਿਤਾ ਜਿਹੜਾ ਆ ਉਹ ਤਿੰਨਾਂ ਬੱਚਿਆਂ ਦੇ ਕੋਲ ਜਾਂਦਾ, ਆਪਣੇ ਬੇਟਿਆਂ ਕੋਲ ਜਾ ਕੇ ਕਹਿੰਦਾ ਆ ਕਿ ਮੈਂ ਇੱਕ ਤੁਹਾਡੇ ਅੱਗੇ ਕੁਐਸਚਨ ਰੱਖਣਾ ਆ, ਟੈਸਟ ਰੱਖਣਾ ਆ, ਜਿਹੜਾ ਉਸ ਟੈਸਟ ਦੇ ਵਿੱਚੋਂ, ਉਸ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਗਿਆ ਮੈਂ ਉਸਨੂੰ ਇਹ ਕਾਰੋਬਾਰ ਜਿਹੜਾ ਆ ਉਸਦੇ ਹਵਾਲੇ ਕਰ ਦੇਣਾ ਆ। ਸੋ ਉਸਨੂੰ ਵਾਰਸ ਬਣਾ ਦੇਣਾ। ਸੋ ਬੱਚਿਆਂ ਨੇ ਪਹਿਲੇ ਤਾਂ ਥਿੰਕ ਕੀਤਾ, ਉਸ ਤੋਂ ਬਾਅਦ ਕਹਿੰਦੇ ਪਿਤਾ ਜੀ ਸਾਨੂੰ ਤੁਹਾਡੀ ਜਿਹੜੀ ਆ ਸ਼ਰਤ ਜਿਹੜੀ ਆ, ਜੋ ਤੁਸੀਂ ਸਾਡੇ ਅੱਗੇ ਟੈਸਟ ਰੱਖਿਆ ਹੋਇਆ ਜਾਂ ਪ੍ਰੀਖਿਆ ਰੱਖੀ ਹੋਈ ਆ, ਸਾਨੂੰ ਮਨਜ਼ੂਰ ਆ। ਸੋ ਕੀ ਹੁੰਦਾ ਆ, ਪਿਤਾ ਨੇ ਆਪਣੇ ਪੁੱਤਰਾਂ ਨੂੰ ਤਿੰਨ ਰੂਮ ਦਿੱਤੇ, ਵੱਡੇ ਵੱਡੇ ਤਿੰਨ ਖਾਲੀ ਰੂਮ ਦੇ ਦਿੱਤੇ। ਔਰ ਪਹਿਲੇ ਬੇਟੇ ਨੇ ਕੀ ਕੀਤਾ, ਕਾਫੂਸ ਜੋ ਵੀ ਸੀ ਉਸ ਰੂਮ ਦੇ ਨਾਲ ਕਾਫੂਸ ਨੂੰ ਕਾਫੂਸ ਦੇ ਨਾਲ ਭਰ ਦਿੱਤੇ। ਦੂਸਰੇ ਬੇਟੇ ਨੇ ਪੱਤਿਆਂ ਦੇ ਟਰੱਕ ਲਿਆਂਦੇ, ਪੱਤਿਆਂ ਦੇ ਟਰੱਕ ਲਿਆ ਕੇ ਆਪਣੇ ਰੂਮ ਨੂੰ ਭਰ ਦਿੱਤਾ। ਹੁਣ ਆਈ ਆ ਤੀਸਰੀ ਬੇਟੇ ਦੀ, ਜਿਹਦੇ ਤੀਸਰਾ ਬੇਟਾ ਜਿਹੜਾ ਆ ਉਹ ਕੀ ਆ, ਉਹਨੇ ਦੇਖਿਆ ਕਿ ਮੈਂ ਇਸਨੂੰ ਕਿਸ ਦੇ ਨਾਲ ਭਰਾਂ। ਉਹਨੇ ਆਪਣੇ ਰੂਮ ਦੇ ਵਿੱਚ ਵਿਚਕਾਰ ਦੇ ਵਿੱਚ ਇੱਕ ਮੋਮਬੱਤੀ ਰੱਖੀ, ਕੈਂਡਲ ਰੱਖੀ। ਜਦੋਂ ਕੈਂਡਲ ਰੱਖੀ ਤਾਂ ਉਹ ਜਿਹੜੀ ਆ ਕੈਂਡਲ ਜਿਹੜੀ ਆ ਰੂਮ ਦੇ ਚਾਰੋਂ ਤਰਫ ਰੋਸ਼ਨੀ ਹੋ ਗਈ। ਪਿਤਾ ਪਹਿਲੇ ਆਪਣੇ ਬੇਟੇ ਦੇ ਰੂਮ ਨੂੰ ਦੇਖਦਾ ਆ, ਦੂਸਰੇ ਦੇ ਰੂਮ ਨੂੰ ਦੇਖਦਾ ਆ, ਜਦੋਂ ਤੀਸਰੇ ਦੇ ਬੇਟੇ ਦੇ ਕੋਲ ਆਉਂਦਾ ਆ ਤਾਂ ਕੀ ਦੇਖਦਾ ਆ ਕਿ ਉਸਦੇ ਖਾਲੀ ਕਮਰਾ ਆ, ਪਰ ਇੱਕ ਮੋਮਬੱਤੀ ਆ ਜਿਸਦੇ ਨਾਲ ਖਾਲੀ ਕਮਰਾ। ਉਹ ਬੇਟੇ ਨੂੰ ਪੁੱਛਦਾ ਕਿ ਬੇਟਾ ਤੇਰੇ ਰੂਮ ਦੇ ਵਿੱਚ ਖਾਲੀ ਕਿਉਂ ਆ ਕਮਰਾ। ਉਹਨੂੰ ਕਹਿੰਦਾ ਪਿਤਾ ਜੀ ਮੇਰੇ ਰੂਮ ਦੇ ਵਿੱਚ ਲਾਈਟ ਆ, ਮੇਰੇ ਰੂਮ ਦੇ ਵਿੱਚ ਕੈਂਡਲ ਆ, ਇਹ ਕੈਂਡਲ ਜਿਹੜੀ ਆ ਰੂਮ ਦੇ ਚਾਰੋਂ ਤਰਫ ਰੋਸ਼ਨੀ ਦੇ ਰਹੀ ਆ, ਇਹ ਰੋਸ਼ਨੀ ਦੇ ਨਾਲ ਭਰਿਆ ਹੋਇਆ ਕਮਰਾ ਆ। ਔਰ ਬਾਪ ਜੋ ਹੈ ਉਸ ਬੇਟੇ ਤੋਂ ਖੁਸ਼ ਹੁੰਦਾ ਆ ਔਰ ਕਹਿੰਦਾ ਕਿ ਤੂੰ ਇਹ ਟੈਸਟ ਦੇ ਵਿੱਚੋਂ ਪਾਸ ਹੋ ਗਿਆ, ਮੈਂ ਇਸ ਕਾਰੋਬਾਰ ਨੂੰ ਤੇਰੇ ਹੱਥਾਂ ਦੇ ਵਿੱਚ ਦੇਵਾਂਗਾ। ਸੋ ਤੁਹਾਡੇ ਸਾਹਮਣੇ ਦਸੰਬਰ ਦਾ ਜੋ ਮੰਥ ਆ, ਦਸੰਬਰ ਦਾ ਜੋ ਮੰਥ ਜਾ ਰਿਹਾ ਆ, ਇਹ ਬਹੁਤ ਹੀ ਤੇਜ਼ੀ ਦੇ ਨਾਲ ਜਾ ਰਿਹਾ ਹੈ। ਸੋ ਥੋੜ੍ਹੀਆਂ ਵਿਕਾਂ ਰਹਿ ਗਈਆਂ ਨਵਾਂ ਸਾਲ ਆਉਣ ਵਿੱਚ, ਇੱਕ ਵੱਡੇ ਖਾਲੀ ਕਮਰੇ ਦੀ ਤਰ੍ਹਾਂ ਅਸੀਂ ਹੈ। ਸਾਨੂੰ ਯਿਸੂ ਮਸੀਹ ਦੇਖਣਾ ਚਾਹੁੰਦਾ ਆ ਕਿ ਤੁਸੀਂ ਇਸਨੂੰ ਕਿਸ ਤਰ੍ਹਾਂ ਭਰਨ ਜਾ ਰਹੇ ਆ। ਇਹੋ ਸਾਨੂੰ 11 ਮਹੀਨੇ ਆ ਜੋ ਅਸੀਂ ਨਹੀਂ ਕਰ ਸਕੇ, 11 ਮਹੀਨੇ ਦੇ ਵਿੱਚ ਕੰਮ ਉਹ ਅਸੀਂ ਪਰਮੇਸ਼ੁਰ ਦੇ ਲਈ ਹੁਣ ਕਰੀਏ ਕਿ ਹੇ ਪਰਮੇਸ਼ੁਰ ਮੈਂ ਤੇਰੀ ਮਰਜ਼ੀ ਦੇ ਮੁਤਾਬਕ ਚੱਲਾਂ। ਜੋ ਸਮਾਂ ਬੀਤ ਗਿਆ ਉਹਨੂੰ ਤਾਂ ਮੈਂ ਵਾਪਸ ਨਹੀਂ ਲਿਆ ਸਕਦਾ, ਪਰ ਹੇ ਪਰਮੇਸ਼ੁਰ ਮੈਂ ਤੇਰੇ ਵਾਅਦਿਆਂ ਦੇ ਮੁਤਾਬਕ ਚੱਲਾਂ। ਵੇਲਾ ਜਦੋਂ ਲੰਘ ਜਾਂਦਾ ਆ ਮੁੜ ਕੇ ਹੱਥ ਨਹੀਂ ਆਉਂਦਾ। ਸੋ ਦਸੰਬਰ ਦਾ ਜੋ ਅਖੀਰਲਾ ਮੰਥ ਆ ਇਹ ਤੇਜ਼ੀ ਨਾਲ ਜਾ ਰਿਹਾ ਔਰ ਨਵਾਂ ਸਾਲ ਆ ਰਿਹਾ ਆ। ਕੀ ਤੁਸੀਂ ਇਸ ਸਾਲ ਦੇ ਵਿੱਚ ਕਿਸ ਚੀਜ਼ ਦੇ ਨਾਲ ਆਪਣੇ ਖਾਲੀ ਦਿਲ ਨੂੰ, ਖਾਲੀ ਕਮਰੇ ਨੂੰ ਭਰਨ ਜਾ ਰਹੇ ਆ? ਕੀ ਤੁਸੀਂ ਕਾਫੂਸ ਦੇ ਨਾਲ ਆਪਣੇ ਦਿਲ ਨੂੰ ਭਰ ਰਹੇ ਆ ਜਾਂ ਪੱਤਿਆਂ ਦੇ ਨਾਲ ਭਰ ਰਹੇ ਆ? ਯਿਸੂ ਮਸੀਹ ਜਦੋਂ ਤੁਹਾਡੇ ਕੋਲ ਦੀ ਲੰਘੇਗਾ ਤਾਂ ਕੀ ਦੇਖੇਗਾ,
कि तुहाडे काफूस दे नाल पत्तियां दे नाल दिल भरे हुए आ जा जो मैं जगत दी रोशनी आ मैं जगत दा चानण आ तुसी मेरे विच चमकोगे जड़ी टाणी उस विच नहीं हुंदी जड़ी उस विच नहीं फलदी ओ फलदायक नहीं हुंदी जैसे ओदे विच बने रहांगे तां ही साडे अंदरों उजाला पैदा होएगा अज बाहर बहुत लोगों ने क्रिसमस दियां लाइटां लाइयां होईयां कि असीं बाहर ही लाइटां लाउण वाले आ जे साडे अंदर साडे दिल दे अंदर यीशु मसीह दी रोशनी है लोग देखदे आ साडे घरां नूं कि लाइटां लगियां होईयां आ रंग बिरंगियां लाइटां आ लोग बहुत खुश हुंदे आ कि साडी जिंदगी विचों साडा यीशु मसीह खुश है कि तुसी किस तरह परन जा रहे हो परमेश्वर ने सानू 365 दिन दिते हुए आ यीशु ने सानू 365 दिन दिते हुए आ इस सब तरह के मौकियां दे नाल इस नू परन दे लई इस ते कब्जा नहीं करना इस नू परमेश्वर दे वायदियां दे मुताबक अपने दिल दी तख्ती दे उते असी उहदा वचन लिख लईए ये जिस तरह तुहानू चंगा लगता ये तुहाडे हाथ दे विच आ हालेलुया जदों सुनहरी तूरियां विच तूरियां दा मौका आएगा जदों सुनहरी तूरियां दे नाल बदलां उत्ते सृष्टि करता उधार करता आएगा कि तुहाडे कोल पत्ते होंगे अज सानू 365 दिन दित्ते हुए आ परमेश्वर ने कि असीं इहनां दे विच अपने उधार करता दे अपने मुंजी दी जो मुक्ति दाता आ उहदी असीं प्रस्तिश कर सकीए इसी तरह ना होवे कि जदों यीशु मसीह साडे कोल दी लंघेगा और साडे कोल की हो सुंदर दिल दी बजाए साडे अंदर पत्ते ही पत्ते होंगे ये असीं देखना है अपने दिल नूं असीं सुंदर बनाइए अज मैं ते तुसी अपने दिलां नूं कादे नाल भरना चाहुंदे आ ए असी डिसाइड करना यीशु मसीह कहिंदा मैं जगत दी रोशनी आ यीशु मसीह कहिंदा मैं रोशनी आ जिहड़ा मेरे कोल आउंदा आ ओह नूर विच चमकेगा अज असी देखना कि असी नूर विच उहदे नाल चमकांगे उहदे नाल वास करांगे जिस तरह उस मुंडे नू परमेश्वर उस मुंडे सॉरी उस मुंडे मुंडे दे पिता ने उनू इख्तियार दिता कि सारिया चीज़ा मैं तेरे हाथ विच दे देनी है इसी तरह परमेश्वर दे पुत्र ने सानू भी इख्तियार दिता होया कि असी शैतान दे उत्ते फतेह पा सकीए हालेलुया सानू परमेश्वर ने कहा कि तुसी जगत दे चानण आ नूर आ तुसी तुसी चमकोगे दुनिया दे विच चमकोगे परमेश्वर तुहानू ब्लैस करे गॉड ब्लैस यू